ਹਿਮਾਚਲ ਦਾ ਜਿਹੜਾ ਬਾਰਡਰ ਹੈ ਕੀ ਪਰਪਸ ਹੈ ਇਸ ਚੈਕਿੰਗ ਦਾ ਪੂਰੇ ਸਟੇਟ ਦੇ ਵਿੱਚ ਜਿੰਨੇ ਵੀ ਸਾਡੇ ਬਾਰਡਰ ਪੈਂਦੇ ਅਦਰ ਸਟੇਟ ਨਾਲ ਉਹਨਾਂ ਸਾਰੇ ਚੈਕਿੰਗ ਕੀਤੀ ਜਾ ਰਹੀ ਹੈ ਓਪਰੇਸ਼ਨ ਸੀਲ 4 ਇਹਦਾ ਨਾਂ ਦਿੱਤਾ ਗਿਆ ਇਹ ਤੋਂ ਪਹਿਲਾਂ ਵੀ ਇੱਦਾਂ ਦੇ ਓਪਰੇਸ਼ਨ ਚੱਲਦੇ ਰਹੇ ਨੇ ਅਤੇ ਅੱਜ ਰੋਪੜ ਡਿਸਟ੍ਰਿਕਟ ਦੇ ਵਿੱਚ SSP ਸਾਹਿਬ ਦੀ ਸੁਪਰਵੀਜ਼ਨ ਹੇਠ ਅਸੀਂ ਟੋਟਲ 7 ਨਾਕੇ ਲਾਏ ਜਿਹੜੇ ਸਾਡੇ ਹਿਮਾਚਲ ਪ੍ਰਦੇਸ਼ ਦੇ ਜਿਹੜੇ ਡਿਸਟ੍ਰਿਕਟ ਨੇ ਬਿਲਾਸਪੁਰ ਆ ਊਨਾ ਬੱਦੀ ਇਹਨਾਂ ਦੇ ਨਾਲ ਜਿਹੜਾ ਵੀ ਬਾਰਡਰ ਪੈਂਦਾ ਈਵਨ ਕਾਊਂਟਰ ਪਾਰਟ ਜਿਹੜੇ ਹਿਮਾਚਲ ਪ੍ਰਦੇਸ਼ ਦੀ ਪੁਲਿਸ ਵੀ ਸਾਡਾ ਨਾਲ ਲੱਗੀ ਹੋਈ ਹੈ ਜੀ ਉਹਨਾਂ ਦੇ ਡਿਸਟ੍ਰਿਕਟ ਦੇ ਜਿੰਨੇ ਵੀ ਅਫਸਰ ਨੇ ਉਹ ਵੀ ਨਾਲ ਲੱਗੇ ਹੋਏ ਜਿਹੜੇ 7 ਨਾਕੇ ਨੇ ਇਹਨਾਂ 7 ਨਾਕਿਆਂ ਦੇ ਉੱਤੇ ਜਿਹੜੀ ਸੁਪਰਵੀਜ਼ਨ ਉਹ ਇਕੱਲੇ ਇਕੱਲੇ ਨਾਕੇ ਦੀ DSP ਖੁਦ ਕਰ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਇਹ ਮੁਹਿੰਮ ਤੁਹਾਡੀ ਲਗਾਤਾਰ ਜਿਹੜੀ ਜਾ ਰਹੀ ਹੈ ਚੌਥਾ ਜਿਹੜਾ ਤੁਸੀਂ ਕਹਿ ਰਹੇ ਹੋ ਤੁਸੀਂ ਕਰ ਰਹੇ ਹੋ ਅਤੇ ਕਿਸ ਤਰ੍ਹਾਂ ਦਾ ਰਿਸਪੋਂਸ ਹੈ ਲੋਕਾਂ ਨੂੰ ਕਲੀਅਰ ਕੱਟ ਮੈਸੇਜ ਆ ਰਿਹਾ ਕਿ ਇੰਟਰਸਟੇਟ ਜੋ ਮਾੜੀ ਮੋਟੀ ਕੋਈ ਛੋਟੀ ਮੋਟੀ ਕੋਈ ਸਮਗਲਿੰਗ ਟਾਈਪ ਦੀ ਹੁੰਦੀ ਹੈ ਨਸ਼ਾ ਨੁਸ਼ਾ ਜਿਹੜਾ ਆਰ ਪਾਰ ਕਰਦੇ ਨੇ ਦੇਖੋ ਮਾੜੇ ਲੋਕਾਂ ਦੇ ਵਿੱਚ ਜਿਹੜਾ ਸਖਤ ਮੈਸੇਜ ਆਉਣਾ ਬੜਾ ਜ਼ਰੂਰੀ ਹੈ ਔਰ ਜਿੰਨੇ ਵੀ ਅੱਜ ਤੱਕ ਓਪਰੇਸ਼ਨ ਹੋਏ ਉਹਨਾਂ ਦੇ ਸਖਤ ਮੈਸੇਜ ਵੀ ਹੋਏ ਬੜੇ ਵਧੀਆ ਰਿਜ਼ਲਟ ਵੀ ਮਿਲੇ ਔਰ ਮੈਨੂੰ ਲੱਗਦਾ ਕਿ ਅੱਜ ਵੀ ਜਿਹੜਾ ਓਪਰੇਸ਼ਨ ਚੱਲ ਰਿਹਾ ਅਸੀਂ ਚੈਕਿੰਗ ਕਰ ਰਹੇ ਹਾਂ ਸਾਨੂੰ ਇਹ 'ਚ ਵੀ ਬਹੁਤ ਵਧੀਆ ਰਿਜ਼ਲਟ ਮਿਲੂਗਾ ਔਰ ਮੇਨ ਜਿਹੜਾ ਕਿ ਆਮ ਲੋਕਾਂ ਦੇ ਵਿੱਚ ਜਿਹੜਾ ਕੰਫੀਡੈਂਸ ਉਹ ਬਹੁਤ ਜ਼ਿਆਦਾ ਬਿਲਡਅਪ ਹੋ ਜਾਂਦਾ ਕਿ ਜਿਹੜੀ ਦੋਨਾਂ ਸਟੇਟਾਂ ਦੀ ਪੁਲਿਸ ਜਾਂ ਬਾਕੀ ਜਿੱਥੇ ਵੀ ਨਾਕੇ ਲੱਗੇ ਨੇ ਆਪਸੀ ਕੋਆਰਡੀਨੇਸ਼ਨ ਨਾਲ ਕੰਮ ਕਰ ਰਹੀ ਹੈ ਟ੍ਰੈਫਿਕ ਰੂਲਸ ਵੀ ਜਿਹੜੇ ਫੋਲੋ ਨਹੀਂ ਕਰਦੇ ਨੇ ਮਤਲਬ ਉਠ ਹੈਲਮਟ ਨੇ ਜਾਂ ਜਿਹਨਾਂ ਦੇ ਕਾਗਜ਼ ਪੱਤਰ ਨੇ ਉਹਨਾਂ ਦੇ ਚਲਾਨ ਵੀ ਜਿਹੜੇ ਸਾਰੇ ਹਰ ਤਰੀਕੇ ਦੀ ਚੈਕਿੰਗ ਹੋ ਰਹੀ ਆ ਜਿਹੜੇ ਮਾੜੇ ਅੰਸਰਾਂ ਦੀ ਵੀ ਹੋ ਰਹੀ ਆ ਜਿਹੜੇ ਕੋਈ ਟ੍ਰੈਫਿਕ ਰੂਲਸ ਦੀ ਵੀ ਉਲੰਘਣਾ ਕਰ ਰਹੇ ਉਹਨਾਂ ਦਾ ਵੀ ਉਸ ਤਰੀਕੇ ਨਾਲ ਚਲਾਨ ਕੀਤਾ ਜਾ ਰਿਹਾ ਆਉਣ ਵਾਲੇ ਦਿਨਾਂ 'ਚ ਵੀ ਇਹ ਮੁਹਿੰਮ ਚੱਲਦੀ ਇਹ ਮੁਹਿੰਮ ਕੰਟੀਨਿਊ ਰਹੂਗੀ ਜਿਸ ਤਰੀਕੇ ਨਾਲ ਵੀ ਸੀਨੀਅਰ ਅਫਸਰਾਂ ਵੱਲੋਂ ਜਿਵੇਂ ਅੱਜ ਵੀ ਡਾਇਰੈਕਸ਼ਨ ਹੋਈ ਸੀ ਤਾਂ ਮੈਨੂੰ ਲੱਗਦਾ ਕਿ ਇਹ ਮੁਹਿੰਮ ਕੰਟੀਨਿਊ ਰੱਖਣੀ ਚਾਹੀਦੀ ਹੈ ਕਿਉਂਕਿ ਇਹਦੇ 'ਚ ਆਮ ਲੋਕਾਂ 'ਚ ਕੰਫੀਡੈਂਸ ਵੀ ਹੁੰਦਾ ਅਤੇ ਮਾੜੇ ਲੋਕ ਜਿਹੜੇ ਉਹ ਦੱਬੇ ਰਹਿੰਦੇ